ਕੋਈ ਨਾ ਕੋਈ ਸਲੂਸ਼ਨ ਕੱਢਿਆ ਜਾਵੇ, ਕੋਈ ਨਾ ਕੋਈ ਇਹਦਾ ਹੱਲ ਕੱਢਿਆ ਜਾਵੇ, ਤਾਂ ਕਿ ਜਿਹੜੀਆਂ ਐਜਾ, ਇਹੀ ਸਾਡਾ ਮਕਸਦ ਆ। ਔਰ ਦੂਸਰੀ ਗੱਲ ਮੈਂ ਇਹ ਜ਼ਰੂਰ ਕਲੀਅਰ ਕਰਨੀ ਚਾਹੁੰਦਾ, ਆਪਣੀਆਂ ਗਹਿਰਾਈਆਂ ਦੇ ਵਿੱਚ ਤੁਹਾਡੇ ਚੱਲਣ ਨੂੰ ਤਿਆਰ ਹਾਂ। ਇਹ ਨਹੀਂ ਆ ਵੀ ਕਈ ਵਾਰ ਹੁੰਦਾ ਵੀ ਰਾਤਾਂ ਜੂ ਕੇ ਜਿਹੜੇ ਆ ਤੁਹਾਨੂੰ ਸਾਡੇ ਤਜਰਬੇ ਨੇ, ਵੱਖ ਵੱਖ ਜਿਹੜੇ ਬੁਲਾਰੇ ਨੇ ਉਹ ਉਹਨਾਂ ਮੁਸ਼ਕਲਾਂ ਦੇ ਉੱਤੇ ਆਪਣੇ ਵਿਚਾਰ ਰੱਖਣਗੇ। ਉਸ ਤੋਂ ਬਾਅਦ ਆਸ ਕਰਦੇ ਹਾਂ ਕਿ ਇਸ ਜਿਹੜੀ ਸਿੱਖਿਆ ਬਚਾਓ ਮੁਹਿੰਮਾਂ ਇਹਨੂੰ ਅੱਗੇ ਵਧਾ ਸਕੀਏ। ਹੁਣ ਮੈਂ ਸਭ 10 ਮਿੰਟ ਵਾਸਤੇ ਆਉਣ ਔਰ ਆ ਕੇ ਆਪਣੇ ਜਿਹੜੇ ਅਨਮੋਲ ਵਿਚਾਰ ਅੱਜ ਦੇ ਇਸ ਸ਼ਾਨਦਾਰ ਪ੍ਰੋਗਰਾਮ ਦੇ ਆਯੋਜਕ ਰਾਸਾ। ਜਦੋਂ ਮੈਂ ਰਾਸਾ ਦਾ ਨਾਮ ਸੁਣਦਾ ਤਾਂ ਮੈਨੂੰ ਆਪਣਾ ਬਚਪਨ ਵੀ ਯਾਦ। ਦੇਖੋ ਜਿਹੜੇ ਸਕੂਲ ਖੁੱਲ੍ਹਣ ਦੀ ਗੱਲ, ਪਹਿਲੇ ਦਿਨ ਹੀ ਸਰਕਾਰ ਨੇ 6 ਤਰੀਕ ਨੂੰ DO ਨੇ ਆਰਡਰ ਕਰਤਾ ਵੀ ਸਕੂਲ ਨਹੀਂ ਖੁੱਲ੍ਹਣੇ, ਬੱਚਿਆਂ ਨੂੰ ਮਨਾ ਕਰਤਾ। ਸ਼ਾਮ ਨੂੰ ਹੀ ਮੰਤਰੀ ਸਾਹਿਬ ਦੇ ਆਰਡਰ ਆ ਗਏ ਵੀ ਸਕੂਲ ਖੁੱਲ੍ਹਣੇ ਆ। ਉਹ ਜਿਹੜੀ ਆ ਕੰਡੀਸ਼ਨਾਂ ਲਾਈਆਂ ਉਹ ਜਿਹੜਾ ਆਰਡਰ ਕੀਤਾ ਉਹ 15 ਅਕਤੂਬਰ ਦਾ ਕਰਤਾ SOP, ਅਤੇ ਸਕੂਲ ਉਸ ਹਿਸਾਬ ਨਾਲ ਨਹੀਂ ਖੁੱਲ੍ਹ ਸਕਦੇ। ਹੁਣ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਜਿਹੜੀ ਆ 6-6 ਫੁੱਟ ਦੀਆਂ ਦੂਰੀ 'ਤੇ ਕਿੱਦਾਂ ਬਹਿ ਸਕਦੇ ਆ, ਕਿੱਦਾਂ ਬੱਚੇ ਜਾ ਸਕਦੇ ਆ, ਬੱਸਾਂ ਕਿੱਦਾਂ ਬੱਚੇ ਲਿਆ ਸਕਦੇ, ਡਰਾਈਵਰ ਸਾਡੇ ਉਹ ਕਿੱਦਾਂ ਬੱਚੇ ਲਿਆਉਣਗੇ, ਉਹਨਾਂ ਨੂੰ ਬਾਹਰ ਨਹੀਂ ਖਾ। ਇਹ ਸਕੂਲ ਖੁੱਲ੍ਹਣੇ ਅਜੇ ਬੜੇ ਔਖੇ ਆ। ਸਰਕਾਰ ਦੀ ਜਿਹੜੀ ਨੀਤੀ ਆ ਉਹ ਸਕੂਲਾਂ ਪ੍ਰਤੀ ਮਾੜੀ ਆ, ਇਸ ਕਰਕੇ ਇਹ ਸਰਕਾਰ ਨਾਲ ਸਾਨੂੰ 2 ਹੱਥ ਹੋਣਾ ਪੈਣਾ। ਇਹ ਅੱਜ ਨਹੀਂ ਹੋਵਾਂਗੇ, ਹੋਰ ਮਹੀਨੇ ਨੂੰ ਹੋਵਾਂਗੇ। ਬੱਚਿਆਂ ਦਾ ਤਬਾਹ, ਜ਼ਿੰਦਗੀ ਤਬਾਹ ਕਰਨ ਜਾ ਰਹੀ ਆ। ਆਪ ਉਹ 10-10 ਪੈਨਸ਼ਨਾਂ ਲੈਣ ਅਤੇ ਬੱਚਿਆਂ ਦੇ ਮਾਪਿਆਂ ਨੂੰ ਕਿਸੇ ਨੂੰ 1 ਰੁਪਏ ਗੰਢ ਦਾ ਲੋਕਡਾਊਨ ਦਾ ਨਾ ਡਰਾਈਵਰ ਨੂੰ ਦਿੱਤਾ ਕੋਈ। ਇਹ ਗੱਲ ਬਿਲਕੁਲ ਤੁਸੀਂ ਸਹੀ ਕਹੀ, ਉਹਨਾਂ ਦਾ ਹਵਾਲਾ ਦਿੱਤਾ ਵੀ ਬੱਚੇ ਵਾਪਸ ਆ ਜਾਣ, ਕਿਸਾਨ ਵਾਪਸ ਆ ਜਾਣ, ਪਰ ਕਿਸਾਨ ਸਾਡੇ ਸੂਰਮੇ ਉਹਨਾਂ ਵਾਪਸ ਨਹੀਂ ਆਉਣਾ ਕਿਸੇ ਕਿਸਾਨ ਨੇ, ਕਿਸਾਨ ਉੱਥੇ ਹੀ ਆ। ਇਹ ਸਿਰਫ ਅਤੇ ਸਿਰਫ ਉਹਨਾਂ ਇੱਕ ਡਰਾਮਾ ਖੇਡਿਆ। ਸਕੂਲ ਅਜੇ ਖੁੱਲ੍ਹਣੇ ਨਹੀਂ ਹੈਗੇ, ਅਸੀਂ ਖੋਲ੍ਹਣ ਤਿਆਰ ਹਾਂ, ਪਰ ਜਿਹੜੀ ਸ਼ਰਤਾਂ ਲਾਈਆਂ, ਸਾਰੀਆਂ ਮੀਡੀਆ ਵੀ ਦੱਸਿਆ ਵੀ ਸ਼ਰਤਾਂ ਇਹੋ ਜਿਹੀਆਂ ਲਾਤੀਆਂ ਜਿਹੜੀਆਂ ਕਿ ਸਕੂਲ ਖੁੱਲ੍ਹਣੇ ਸਮਰੱਥ ਨਹੀਂ ਹੈ। ਵੇਖੋ ਜੀ, ਅਸੀਂ ਆਪਣੇ ਜਿਹੜੇ ਪੂੰਜੀ ਜੋੜੀ ਸੀ 2 ਸਾਲਾਂ ਦੀ, ਉਹ ਅਸੀਂ ਕਰਜ਼ਾ ਚੁੱਕ ਚੁੱਕ ਕੇ ਆਪਣੇ ਬਿੱਲ ਤਾਰੇ ਆ, ਤਨਖਾਹਾਂ ਦਿੱਤੀਆਂ ਵਾਂ, ਖਰਚੇ ਪੂਰੇ ਕਰਨ ਡੇ ਹਾਂ, ਪਰ ਸਰਕਾਰ ਬੱਚਿਆਂ ਦੇ ਸਕੂਲਾਂ ਪ੍ਰਤੀ ਗੰਭੀਰ ਨਹੀਂ ਹੈਗੀ। ਨਾ ਬੱਚਿਆਂ ਦੇ ਖਾਤੇ ਸਰਕਾਰ ਨੇ ਪੈਸੇ ਪਾਏ, ਕੈਨੇਡਾ ਅਮੈਰੀਕਾ ਵਾਲਿਆਂ ਨੇ ਬੱਚਿਆਂ ਨੂੰ ਪੈਸੇ ਦਿੱਤੇ ਆ, ਪੰਜਾਬ ਜਾਂ ਭਾਰਤ ਸਰਕਾਰ ਨੇ ਬੱਚਿਆਂ ਦੇ ਖਾਤੇ 'ਚ ਪੈਸੇ ਨਹੀਂ ਪਾਏ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਤਿਆਰ ਹਾਂ, ਜੇ ਸਰਕਾਰ ਨੇ ਕੋਈ ਨਾ ਮੰਨਿਆ ਸਭ ਤੋਂ ਪਹਿਲਾਂ ਮਰਨ ਵਰਤ ਮੈਂ ਰੱਖੂੰਗਾ ਕਿ ਵਿੱਦਿਆ ਬਚਾਉਣੀ ਆ ਕਿ ਤੁਸੀਂ ਵਿੱਦਿਆ ਜਾਣਨੀ ਆ। ਵਿੱਦਿਆ ਬਚਾਉਣਾ ਬਹੁਤ ਜ਼ਰੂਰੀ ਆ, ਜੇ ਵਿੱਦਿਆ ਨਾ ਬਚੀ ਤਾਂ ਸਾਡਾ ਪੰਜਾਬ ਜਿਹੜਾ ਖੋਖਲਾ ਹੋ ਜਾਏ। ਬਹੁਤ ਜਲਦੀ ਅਸੀਂ ਇਹ ਫੈਸਲਾ, ਸਾਡੀਆਂ ਜਿਹੜੀਆਂ ਲਹਿਰੀਆਂ ਬਹੁਤ ਜਲਦੀ ਫੈਸਲਾ ਲਵਾਂਗੇ।